ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਭਰਾਵੋ, ਮੈਂ ਤੁਹਾਨੂੰ ਅੱਜ ਮਿਲਾਉਣਾ ਸਾਡੇ ਬਹੁਤ ਹੀ ਮਿਹਨਤੀ ਸਰਦਾਰ ਕੁਲਵੰਤ ਸਿੰਘ ਜੀ ਸੰਧੂ, ਪਿੰਡ ਧੂੜਕੋਟ, ਜ਼ਿਲ੍ਹਾ ਫਰੀਦਕੋਟ ਤੋਂ। ਇਹਨਾਂ ਨੇ ਬਹੁਤ ਹੀ ਮਿਹਨਤ ਨਾਲ ਆਪਣੀ ਫਸਲ ਬਿਨਾਂ ਕੈਮੀਕਲ ਪਾਏ ਤਿਆਰ ਕੀਤੀ ਆ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਜਿੰਨੇ ਵੀ ਮੇਰੇ ਕਿਸਾਨ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੋ ਕਿ ਜ਼ਹਿਰ ਦਾ ਇੰਨਾ ਹੱਦੋਂ ਜ਼ਿਆਦਾ ਸਾਡੇ 'ਤੇ ਪ੍ਰਭਾਵ ਪੈ ਗਿਆ ਕਿ ਸਾਡੇ ਦੁੱਧ ਦੇ ਵਿੱਚ ਵੀ ਜ਼ਹਿਰ ਆਉਣ ਲੱਗ ਗਈ ਆ। ਇਹਨੂੰ ਅਸੀਂ ਸਾਡੀ ਬਹੁਤ ਚਿਰ ਦੀ ਅਸੀਂ ਸੋਚ ਸੀਗੀ ਕਿ ਕਿਵੇਂ ਨਾ ਕਿਵੇਂ ਜ਼ਹਿਰ ਤੁਸੀਂ ਮੁਕਤ ਹੋਈਏ। ਗੁਰਪ੍ਰੀਤ ਬਾਈ ਜੀ ਦਵੜੀਖਾਨਾ ਸਭ ਤੋਂ ਪਹਿਲਾਂ ਸਾਡੇ ਵੱਲੋਂ ਉਹਦਾ ਬਹੁਤ ਧੰਨਵਾਦ। ਡਾਕਟਰ ਕੁਲਦੀਪ ਸਿੰਘ ਜੀ ਮਰਖਾਈ ਸ਼ੇਰਗਲ, ਅਸੀਂ ਉਹਨਾਂ ਤੋਂ ਬਹੁਤ ਕੁਛ ਸਿੱਖਿਆ। ਅਸੀਂ ਝੋਨਾ ਲਾਉਣ ਤੋਂ ਹੁਣ ਤੱਕ ਇਹਦੇ ਵਿੱਚ ਵੀ 2 ਬੋਰੀਆਂ ਯੂਰੀਆ ਖਾਦ ਪਾਈ ਅਤੇ 7 ਕਿਲੋ ਪਾਈ ਜਿੰਕ। ਉਸ ਤੋਂ ਬਾਅਦ ਅਸੀਂ ਕੋਈ ਵੀ ਕੈਮੀਕਲ ਝੋਨੇ ਦੇ ਵਿੱਚ ਨਹੀਂ ਵਰਤਿਆ ਹੈਗਾ, ਨਾ ਰੀਜੈਂਟ, ਨਾ ਪਦਾਨ, ਨਾ ਕਲੋਰੋ। ਬੜਾ ਡਰਾਇਆ ਸੀਗਾ ਲੋਕਾਂ ਨੇ ਸਾਨੂੰ, ਆਉਂਦੇ ਸੀ ਵੀ ਐਂ ਹੋਜੂਗਾ ਝੋਨਾ, ਉਹ ਹੋਜੂਗਾ ਝੋਨਾ, ਹੋਣਾ ਨੀਗਾ, ਨਿਕਲਣਾ ਨੀਗਾ। ਅੱਜ ਦੇ ਹਿਸਾਬ ਨਾਲ ਜੇ ਵੇਖੀਏ ਤਾਂ ਹੁਣ ਝੋਨਾ ਸਾਡਾ ਪੱਕ ਚੁੱਕਿਆ, ਬੜਾ ਵਧੀਆ ਰੰਗ, ਸਿਵਣੇ ਵਰਗਾ ਰੰਗ ਝੋਨੇ ਦਾ, ਕੋਈ ਦਾਣਾ ਦਾਗ ਹੀ ਨੀਗਾ, ਨਾ ਕੋਈ ਕਾਲਾ ਹੀ ਆ। ਇਹਦੇ ਵਿੱਚ ਅਸੀਂ 3 ਸਪਰਿਆਂ ਦੇਸੀ ਬਣਾ ਕੇ ਆਪਦੇ ਕੋਲੋਂ ਕੀਤੀਆਂ, 3 ਸਪਰਿਆਂ ਦੇ ਵਿੱਚ ਅਸੀਂ ਪਾਥੀਆਂ ਦਾ ਪਾਣੀ ਘਰੇ ਤਿਆਰ ਕਰਕੇ ਪਾਇਆ, ਵੈਸਟ ਡੀਕੰਪੋਜ਼ਰ ਦੇ ਵਿੱਚ ਅਸੀਂ ਅੱਕ, ਨਿੰਮ, ਤੰਦੂਰਾ ਅਤੇ ਕਨੇਰ, ਹਰੀਆਂ ਮਿਰਚਾਂ, ਜਿਹੜੀਆਂ ਵੀ ਜਿੰਨਾ ਵੀ ਸਾਨੂੰ ਸਮਾਨ ਮਿਲਿਆ, ਸਾਨੂੰ ਸਾਰਾ ਸਮਾਨ ਜਿਹੜਾ ਸੀ ਅਸੀਂ 1 ਰੁਪਈਆ ਨਹੀਂ ਲਾਇਆ, ਸਾਰਾ ਫਰੀ ਵਾਲਾ ਸਮਾਨ ਅਸੀਂ ਇਹਦੇ 'ਤੇ ਪਾਇਆ ਝੋਨੇ ਦੇ। ਘੱਟੋ ਘੱਟ ਵੀ ਜੇ ਕਿਸਾਨ ਹਿੰਮਤ ਕਰਨ, ਕਿੱਲੇ ਦਾ 3000 ਰੁਪਈਆ ਬਚਾ ਸਕਦੇ ਆ, 3-4000 ਰੁਪਈਏ ਦਾ ਅਸੀਂ ਕੈਮੀਕਲ ਪਾ ਕੇ ਫਿਰ ਵੀ ਸਾਡਾ ਝੋਨਾ ਸਿਰੇ ਨਹੀਂ ਚੜ੍ਹਦਾ ਹੈਗਾ। ਜਿੰਨਾ ਵੀ ਹੁਣ ਤੱਕ ਅਸੀਂ ਝੋਨਾ ਵਧੀਆ ਕੀਤਾ, ਸਾਡਾ 1-1 ਦਾਣਾ ਝੋਨੇ ਦਾ ਬਿਨਾਂ ਜ਼ਹਿਰ ਤੋਂ, ਬਿਨਾਂ ਕੈਮੀਕਲ ਤੋਂ ਆ। ਅਸੀਂ 1500 ਨੂੰ ਬਾਸਪਤੀ ਵੀ 3 ਕਨਾਲਾਂ ਲਾਈ ਆ, ਉਹਦੇ ਵਿੱਚ ਵੀ ਅਸੀਂ ਕੋਈ ਕੈਮੀਕਲ ਨਹੀਂ ਪਾਇਆ ਹੈਗਾ। ਖੱਟੀ ਲੱਸੀ ਦੀਆਂ ਸਪਰੇਆਂ ਕੀਤੀਆਂ ਅਤੇ ਪਾਥੀਆਂ ਦੇ ਪਾਣੀ ਦੀਆਂ ਕੀਤੀਆਂ, 3 ਸਪਰੇਆਂ ਅਸੀਂ ਉਹਦੇ 'ਤੇ ਕੀਤੀਆਂ, ਨਾ ਕੋਈ ਥੱਲੇ ਪਦਾਨ, ਨਾ ਰੀਜੈਂਟ, ਨਾ ਕੋਈ ਉਹਨੂੰ ਧੌਣ ਬਰੁੜ ਪਈ ਆ। ਬਾਸਪਤੀ ਵੀ ਸਾਡੀ ਪੱਕ ਚੁੱਕੀ ਆ। ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਇਹ ਬੇਨਤੀ ਆ ਵੀ ਜਿੰਨਾ ਹੋ ਸਕੇ ਜ਼ਹਿਰਾਂ ਤੋਂ ਬਚੋ, ਕਿਸੇ ਦੇ ਮਗਰ ਲੱਗ ਕੇ, ਕੰਪਨੀਆਂ ਦੇ ਮਗਰ ਲੱਗ ਕੇ ਆਪਣੀ ਜ਼ਮੀਨ ਬਰਬਾਦ ਨਾ ਕਰੋ। ਆਪਣੇ ਖਾਣ ਦੇ ਵਿੱਚ ਜਿੰਨਾ ਵੀ ਅਨਾਜ ਪੈਦਾ ਅਸੀਂ ਕੀਤਾ, ਹੁਣ ਤਾਂ ਅਸੀਂ ਜ਼ਹਿਰ ਹੀ ਪੈਦਾ ਕੀਤੀ ਆ। ਇਹੀ ਮੇਰੀ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਹੋ ਸਕੇ ਤਾਂ ਦੇਸੀ ਚੀਜ਼ਾਂ ਪਾਓ ਅਤੇ ਜ਼ਹਿਰ ਤੋਂ ਬਚੋ। ਹੁਣ ਤਾਂ 11 ਝੋਨਾ ਅਸੀਂ ਲਾਇਆ, ਉਹਦਾ ਪੱਕ ਵੀ ਇਸੇ ਤਰ੍ਹਾਂ ਹੁੰਦਾ ਸੀ ਜਿਵੇਂ CR 212, ਉਹ 11 ਝੋਨੇ ਵਾਂਗੂ ਇਹਦਾ ਪੱਕ ਆ, ਕੋਈ ਦਾਣਾ ਦਾਗ ਹੀ ਨਹੀਂ, ਸਾਰਾ ਰੰਗ ਬਹੁਤ ਵਧੀਆ ਰੰਗ ਆ। ਝੋਨੇ ਦਾ ਕੱਦ ਵੀ ਦੇਖੋ, ਤੁਸੀਂ ਦੇਖ ਸਕਦੇ ਕਿੰਨਾ ਕਿੰਨਾ ਜੀ, ਦੇਖੋ ਜੀ। ਇਹਦੇ ਤੁਸੀਂ ਥੱਲੇ ਮੁੱਢਾਂ 'ਚ ਵੀ ਦੇਖ ਸਕਦੇ ਹੋ ਜੀ, ਨਾੜ ਇਹਦਾ ਉਸੇ ਤਰ੍ਹਾਂ ਹੀ ਪਿਆ ਜਿਸ ਤਰ੍ਹਾਂ ਪਹਿਲਾਂ ਸੀਗਾ। ਆਹ ਦੇਖੋ ਜੀ, ਕੋਈ ਇਹਦੇ ਵਿੱਚ ਹੈ ਨਹੀਂ ਜੀ ਬਿਮਾਰੀ, ਦੇਖੋ ਅੰਗੂਠੇ ਵਰਗਾ ਨਾੜ ਆ ਸਾਰਾ, ਬੂਟੇ ਉਸੇ ਤਰ੍ਹਾਂ ਹੀ ਐਨ ਮਜ਼ਬੂਤ ਆ ਥੱਲੇ ਸਾਰੇ ਖੜ੍ਹੇ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ।